हाँ जी जी साहब, जनाब छोटी जी ब्रेक तो बाद हाजिर हैं। माफ़ करना, मतलब जिहड़ी गलत गल हैगी है ना, मेरा ख्याल है कि तुसी भी नहीं बर्दाश्त करोगे। कोई अगर तुहाडे नाल कोई अच्छाई करदा, कोई मतलब वाकई अगर डिसेंट बंदा हैगा, ते तुहाडा दिल भी अंदरों कहेगा कि यार एक शरीफ बंदा, एक डिसेंट बंदा आ, उन्हां दे उत्ते उंगलां उठ रहीआं। प्रदीप साहब एक चीज़ आ बड़ी बड़ी सोचने वाली आई, जिहड़ा सनी साहब ने एक दम ही जानी पंजाब दे विच हलचल मचाती आ गई। बॉबी साहब जितेगा ਇਹ ਅੱਜ ਮੈਂ ਕਹਿਤਾ, ਇਲੈਕਸ਼ਨ ਮੈਂ ਇਲੈਕਸ਼ਨ ਤੋਂ ਪਹਿਲੇ ਕਹਿਤਾ ਇਹ ਹੋਣਾ ਹੀ ਸੀ ਹੈ ਕਿ ਆਪਣੇ ਸਨੀ ਸਾਹਿਬ ਜਿੱਤਣ ਗਏ। ਇਹ ਮੇਰੇ ਦਿਲ ਦੀ ਆਵਾਜ਼ ਹੈ, ਇਹ ਪਰਮਾਤਮਾ ਮੇਰੇ ਕੋਲ ਰੱਬ ਬੁਲਾ ਰਿਹਾ ਮੇਰੇ। ਉੱਥੇ ਦੀ ਸੀਟ ਜਿਹੜੀ ਹੈਗੀ ਉਹ ਭਾਜਪਾ ਦੇ ਪਹਿਲਾਂ ਤੋਂ ਹੀ, ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਮੈਨੂੰ ਮੇਰੀ ਕੋਈ ਪਾਰਟੀ, ਤੁਹਾਡੇ ਵਿਨੋਦ ਖੰਨਾ ਸਾਹਿਬ ਵੀ ਤਾਂ ਉੱਥੋਂ ਹੀ ਜਿੱਧਰ ਆਏ ਨੇ, ਮੈਨੂੰ ਮੇਰੀ ਕੋਈ ਪਾਰਟੀ ਨਹੀਂ ਹੈ। ਮੈਂ ਕਹਿੰਦਾ ਤੁਸੀਂ ਕਿਸੇ ਵੀ ਕਿਸੇ ਦੇ ਨਾਲ ਵੀ ਆ, ਤੁਸੀਂ ਮੁਲਕ ਦਾ ਭਲਾ ਕਰੋ। ਮੇਰੀ ਕੋਈ ਕਾਂਗਰਸ ਨਾਲ ਕੋਈ ਦੁਸ਼ਮਣੀ ਨਹੀਂ, ਮੇਰੀ ਅਕਾਲੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ, ਬੀਜੇਪੀ ਨਾਲ ਕੋਈ ਦੁਸ਼ਮਣੀ ਨਹੀਂ, ਆਮ ਨਾਲ ਕੋਈ ਦੁਸ਼ਮਣੀ ਨਹੀਂ। ਉਹ ਯਾਰ ਤੁਸੀਂ ਆਏ ਹੋ, ਕੁਛ ਕਰੋ ਤਾਂ ਸਹੀ। ਬਿਲਕੁਲ ਬਿਲਕੁਲ, ਤੁਸੀਂ ਕੰਮ ਸੇ ਕੰਮ ਕੋਈ ਚੰਗੇ ਕੰਮ ਤਾਂ ਕਰੋ, ਜੇ ਕਰਨ ਦਿਓ ਕਿਸੇ ਨੂੰ, ਹਾਂ ਜੇ ਕੋਈ ਕਰਨਾ ਹੈ ਕਰਨ ਦਿਓ, ਹਟ ਜਾਓ। ਬਿਲਕੁਲ, ਦੇਖ ਲਓ ਫਿਰ। ਪਰ ਇਹ ਤਾਂ ਇਹ ਹਜ਼ਮ ਕਰਨੀਆਂ ਚੀਜ਼ਾਂ ਬਹੁਤ ਔਖੀਆਂ ਨੇ ਦੀਪ ਸਾਹਿਬ। ਬਿਲਕੁਲ, ਇੱਕ ਚੰਗੀ ਐਨਰਜੀ ਆ ਜਾਵੇ, ਉਹ ਝੂਠ ਤਾਂ ਫਿਰ ਉਹਦੇ ਮੂਹਰੇ ਖੜਦਾ ਨਹੀਂ। ਔਰ ਬਾਕੀ ਬੌਬੀ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਹਾਂਜੀ ਹਾਂਜੀ, ਸੱਚ ਇੱਕ ਇਹੋ ਜਿਹੀ ਚੀਜ਼ ਹੈ, ਹਾਂਜੀ, ਸੱਚ ਬੜਾ ਕੜਵਾ ਹੁੰਦਾ, ਹਾਂਜੀ ਹਾਂਜੀ, ਉਹੀ ਨਹੀਂ ਬਰਦਾਸ਼ਤ ਹੋ ਰਿਹਾ ਨਾ, ਸੱਚ ਬੜਾ ਕੜਵਾ ਹੁੰਦਾ, ਹਾਜ਼ਮ ਕਰਨਾ ਬਹੁਤ, ਲੇਕਿਨ ਜਿਸ ਟਾਈਮ ਤੁਹਾਡੀ ਆਦਤ ਪੈ ਜਾਊਗੀ ਸੱਚ ਵੱਲ, ਫਿਰ ਤੁਸੀਂ ਕਦੇ ਵੀ ਕਿਸੇ ਦੇ ਨਾਲ ਫਾਲਤੂ ਗੱਲ ਨਹੀਂ ਕਰੋਗੇ, ਫਿਰ ਤੁਸੀਂ ਸੱਚੇ ਹੀ ਰਹੋਗੇ, ਫਿਰ ਉਹ ਵਿੱਚ ਨਹੀਂ ਮੁੜੋਗੇ ਤੁਸੀਂ ਝੂਠ ਵਾਲੇ 'ਚ। ਬਿਲਕੁਲ ਨਹੀਂ, ਫਿਰ ਫਿਰ ਨਹੀਂ, ਮੈਂ ਕਹਿੰਦਾ ਮੈਨੂੰ ਕੋਈ ਇੱਥੇ ਆਰਾ ਰੱਖ ਕੇ ਵੀ ਕਹਿ ਦੇਵੇ ਨਾ ਕਿ ਯਾਰ ਦੀਪ ਤੂੰ ਝੂਠ ਬੋਲ, ਮੈਂ ਬੌਬੀ ਸਾਹਿਬ ਦਿਲੋਂ ਕਹਿ ਰਿਹਾ, ਮੈਨੂੰ ਜ਼ਹਿਰ ਦਿਖਾਈ ਲੱਗਦਾ ਜਿਹੜਾ ਬੰਦਾ ਨਾ 420 ਕਰਦਾ, ਕਿਸੇ ਨੂੰ ਹੇਰਾ ਫੇਰੀ ਦੇ ਨਾਲ ਬੇਵਕੂਫ ਬਣਾਉਂਦਾ। ਹਾਂਜੀ ਹਾਂਜੀ, ਉਹ ਯਾਰ ਤੁਸੀਂ ਉੱਦਾਂ ਹੱਥ ਜੋੜ ਕੇ ਕਹਿ ਦਿਓ ਭਰਾਵਾ ਮੈਨੂੰ ਲੋੜ ਹੈ, ਮਿਲੇ ਨਾ ਮੈਨੂੰ, ਨਾ ਯਾਰ ਠੱਗੀਆਂ ਕਾਹਦੇ ਮਾਰਦੇ ਆ ਤੁਸੀਂ, ਹੈ ਇਹ ਤਾਂ ਹੁਣ ਫਿਤਰੇ 'ਤੇ ਬਣ ਗਏ ਜੀ ਬੰਦੇ। ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਬੰਗਿਆਂ ਤੋਂ ਬੱਸੇ ਚੱਲਿਆ ਮੈਂ ਚੰਡੀਗੜ੍ਹ। ਅੱਛਾ ਜੀ, ਮੈਂ ਉਹ ਗਰਮੀ ਵੀ ਉੱਦਾਂ ਵੀ ਆਦਤ ਹੀ ਬਣ ਜਾਂਦੀ ਬੰਦੇ ਦੀ ਕਿ ਚਲੋ ਸਾਲੇ ਡਬਲ ਪੈਸੇ ਹੈਗੇ ਆ, ਲੇਕਿਨ ਜਾਣਾ ਯਾਰ ਇਹਦੇ ਵਿੱਚ ਹੈ, ਮੈਂ ਬੱਸ ਦੇ ਵਿੱਚ ਜਾਂਦਾ ਹੁੰਦਾ। ਹਾਂਜੀ ਹਾਂਜੀ, ਏਸੀ ਬੱਸ ਦੇ ਵਿੱਚ ਜੀ, ਅਤੇ ਮੇਰੇ ਲੱਗਦੇ ਹੁੰਦੇ ਸੀਗੇ 330 ਰੁਪਏ, 330 ਰੁਪਏ, ਅਤੇ ਮੈਂ ਨਾ ਇੱਕ ਬੱਸ ਆਈ ਉਹ 'ਚ ਮੈਂ ਚੜ੍ਹ ਗਿਆ, ਉਹ 'ਚ ਚੜ੍ਹ ਕੇ ਬੱਸ ਖੜ੍ਹੀ ਸੀਗੀ, ਅਤੇ ਕੰਡਕਟਰ ਆਇਆ ਕਹਿੰਦਾ ਸੀ ਟਿਕਟ, ਮੈਂ ਕਿਹਾ ਕਿੰਨੇ ਪੈਸੇ, ਕਹਿੰਦਾ 220 ਰੁਪਏ, ਮੈਨੂੰ ਕਹਿੰਦਾ, ਮੈਂ ਕਿਹਾ ਯਾਰ 220 ਰੁਪਏ, ਮੈਂ ਕਿਹਾ ਮੇਰੇ ਤਾਂ 330 ਰੁਪਏ ਲੈਂਦੇ ਆ, ਕਹਿੰਦਾ ਜੀ ਉਹ ਬਾਦਲ ਦੀ ਬੱਸ ਆ। ਬਾਦਲ ਦੀ ਬੱਸ ਕਿਹਦਾ ਮਤਲਬ ਕੀ ਹੈ? ਮਤਲਬ ਬਾਦਲ ਹੁਣਾਂ ਦੀ ਬੱਸ ਹੋਊਗੀ, ਅੱਛਾ, ਟਰਾਂਸਪੋਰਟ ਉਹਨਾਂ ਦੀ ਹੋਊਗੀ। ਅੱਛਾ ਜੀ, ਠੀਕ, ਹਾਂ ਕਿ ਬਾਦਲ ਦੀ ਬੱਸ ਆ, ਅਤੇ ਮੈਂ ਕਿਹਾ ਯਾਰ ਇਹ ਕਿਹਦੀ ਆ? ਨਾ ਬੱਸ ਤਾਂ ਲੋਹੇ ਦੀ ਹੋਣੀ ਆ। ਨਹੀਂ, ਬੱਸ ਲੋਹੇ ਦੀ ਹੈ, ਜਿਹੜਾ ਮਾਲਕ ਹੈ। ਅੱਛਾ, ਮਾਲਕ ਬਾਦਲ ਆ। ਹਾਂ, ਮਾਲਕ ਮਾਲਕ, ਅਤੇ ਕਹਿੰਦੇ ਉਹਨਾਂ ਦੀ ਆ ਇਹ ਟਰਾਂਸਪੋਰਟ, ਉਹਨਾਂ ਦੀ ਆ। ਅੱਛਾ ਜੀ, ਮੈਂ ਕਿਹਾ ਯਾਰ ਅੱਛਾ, ਮੈਂ ਕਿਹਾ ਉਹ ਜਿਹ 'ਚ ਤੁਸੀਂ ਜਾਂਦੇ ਹੋਵੋਗੇ ਉਹਨਾਂ ਦੀ ਆ। ਹਾਂਜੀ, ਅਤੇ ਮੈਂ ਕਿਹਾ ਇਹ ਕਿਹਦੀ ਆ? ਕਹਿੰਦੇ ਅਵਤਾਰ ਸਾਹਿਬ ਦੀ ਆ, ਹੈਨਰੀ ਸਾਹਿਬ ਦੀ ਆ। ਅੱਛਾ ਜੀ, ਮੈਂ ਕਿਹਾ ਯਾਰ ਇਹ ਤਾਂ ਮੇਰਾ ਦੋਸਤ ਹੈ, ਅਵਤਾਰ ਹੈਨਰੀ ਤਾਂ ਵੈਸੇ ਵੀ ਮੇਰੇ ਦੋਸਤ ਹੈ। ਬਿਲਕੁਲ, ਮੈਂ ਕਦੇ ਨਹੀਂ ਗੱਲ ਕੀਤੀ, 110 ਰੁਪਈਏ ਦਾ ਫਰਕ ਯਾਰ, ਕਮਾਲ ਵੱਡਾ ਫਰਕ ਹੈ ਜੀ, ਜਾਣਾ। ਔਰ ਬੱਸ ਬੌਬੀ ਸਾਹਿਬ ਸੇਮ ਸੀਟਾਂ, ਸੇਮ ਫਸਟ ਕਲਾਸ, ਸੇਮ ਏਸੀ, ਅਤੇ ਯਾਰ ਤੁਹਾਡੇ ਢਿੱਡ ਨਹੀਂ ਭਰਦੇ? ਨਾਲੇ ਬਾਦਲ ਵਾਲਾ ਤਾਂ 100 ਰੁਪਏ ਘੱਟ ਹੋਣੇ ਚਾਹੀਦੇ ਜੀ, ਉਹ ਤਾਂ ਵੈਸੇ ਹੀ ਧਨਵਾੜ ਲੋਕ ਨੇ, ਵੈਸੇ ਹੀ ਦੁਨੀਆ ਨੂੰ ਲੁੱਟ ਕੇ ਬੈਠੇ ਆ ਯਾਰ ਤੁਸੀਂ, ਵੈਸੇ ਹੀ ਦੁਨੀਆ ਨੂੰ ਲੁੱਟ ਕੇ ਬੈਠੇ ਆ। ਉਹ ਧਨਵਾਨ ਲੋਕ ਨੇ ਜੀ, ਉਹ ਵੈਸੇ ਹੀ ਸਸਤਾ ਹੋਣਾ ਚਾਹੀਦਾ। ਇਹਨਾਂ ਨੇ ਤਾਂ ਵੈਸੇ ਵੀ ਤਾਂ ਆਟਾ ਦਾਲ ਫਰੀ, ਇਹਨਾਂ ਨੇ ਤਾਂ ਮੈਂ ਆਟਾ ਦਾਲ ਇਹ ਯਾਰ ਆਪਣੀ ਜੇਬ 'ਚੋਂ ਦਿੰਦੇ ਆ ਯਾਰ, ਮੈਂ ਤਾਂ ਇਹਨਾਂ ਨੂੰ ਮਨ ਜਮਾ ਕੇ ਅਗਰ ਤੁਸੀਂ ਆਪਣੀ ਜੇਬ 'ਚੋਂ ਦਿਓ ਤਾਂ ਲੋਕਾਂ ਨੂੰ ਬੇਵਕੂ ਬਣਾਉਂਦੇ ਆ ਯਾਰ, ਕਿੰਨਾ ਕੁ ਬਣਾਓਗੇ? ਆਹ ਸਿੱਧੇ ਜੇਬ 'ਚ ਜਾਂਦੇ ਆ ਜੀ। ਬੌਬੀ ਸਾਹਿਬ ਹੁਣ ਆਪਾਂ ਜਾਂ ਮੈਂ ਹੀ ਹਾਂ, ਮੈਂ ਇਸ ਟਾਈਮ ਉਮਰ ਜਿਹੜੀ ਹੈ ਭੋਗ ਚੁੱਕਾ, ਇਸ ਟਾਈਮ ਮੌਤ ਦੇ ਕਿਨਾਰੇ ਬੈਠਾ, ਮੈਨੂੰ ਕੋਈ ਗਮ ਨਹੀਂ ਹੈ। ਇੰਨਾ ਚਿਰ ਪਰਮਾਤਮਾ ਨੇ ਮੈਨੂੰ ਦੁਨੀਆ ਦਿਖਾਤੀ, ਸਭ ਕੁਝ ਦੇਖਿਆ, ਚੰਗੇ ਮਾੜੇ ਲੋਕ ਦੇਖੇ, ਬੁਰੇ ਵੀ ਦੇਖੇ, ਸਾਧੂ ਵੀ ਦੇਖੇ, ਬਦਮਾਸ਼ ਵੀ ਦੇਖੇ, ਸਾਰੇ ਦੇਖੇ, ਬਹੁਤ ਕੁਝ ਦੇਖ ਲਿਆ। ਇਹ ਪਤਾ ਨਹੀਂ ਕੱਲ੍ਹ ਜਾਣਾ, ਅੱਜ ਜਾਣਾ,
ਜਾਂ ਸਾਲ 6 ਮਹੀਨੇ ਜਾਂ 2 ਸਾਲ ਜਾਂ 3 ਸਾਲ ਉਹ ਪਰਮਾਤਮਾ ਨੂੰ ਪਤਾ, ਕੋਈ ਡਰ ਨਹੀਂਗਾ ਹੁਣ ਜਾਣਾ। ਲੇਕਿਨ ਯਾਰ ਜਾਣਦੇ ਟਾਈਮ ਤਾਂ ਬੰਦੇ ਬਣੋ, ਬੰਦੇ ਬਣ ਜਾਓ, ਬਿਲਕੁਲ ਬਿਲਕੁਲ। ਇਹ ਤਾਂ ਗੱਲ ਹੈਗੀ ਹੈ ਜੀ, ਇਹ ਦੁਨੀਆਂ ਨੂੰ ਛੱਡ ਕੇ ਜਾਣਾ ਤੁਸੀਂ, ਫਿਰ ਕਦੋਂ ਬਣ, ਇਹ ਦੁਨੀਆਂ 'ਚ ਟੋਏ ਖੋਦ ਕਿੰਨੇ ਕੁ ਖੱਡੇ ਖੋਦ ਕੇ ਜਾਓਗੇ ਤੁਸੀਂ? ਬਿਲਕੁਲ ਬਿਲਕੁਲ, ਇਹ ਤਾਂ ਕੁਛ ਇਨਸਾਨ, ਮੈਂ ਕਹਿੰਦਾ ਆਪਾਂ ਇਨਸਾਨ ਆ, ਰੱਬ ਨੇ ਸਾਨੂੰ ਮਤਲਬ ਪੈਦਾ ਕੀਤਾ ਇਸ ਦੁਨੀਆਂ ਦੇ ਉੱਤੇ, ਕੁਛ ਤਾਂ ਭਲਾ ਕਰ ਜਾਓ ਯਾਰ। ਪਰ ਇਹ ਪੜ੍ਹਾਈ ਦੀਪ ਸਾਹਿਬ, ਇਹ ਕੌਣ ਪੜ੍ਹੇ, ਕਿੱਥੋਂ ਪੜ੍ਹੇ? ਕਮਾਲ ਦੀ ਗੱਲ ਹੈ ਯਾਰ, ਮੈਂ ਕਹਿੰਦਾ ਇੰਨੇ ਪੜ੍ਹੇ ਲਿਖੇ ਲੋਕ, ਇੰਨੇ ਪਹਿਲੇ ਤਾਂ ਇਹਨਾਂ ਦੇ ਪਿੱਛੇ ਪਹਿਲੇ ਤਾਂ ਉਹ 15-20 ਤਾਂ ਬੋਡੀ ਗਾਰਡ ਹੀ ਹੁੰਦੇ ਆ, ਗੱਡੀਆਂ ਜਾ ਰਹੀਆਂ, ਪੁਲਿਸ ਜਾ ਰਹੀ, ਮਿਲਟਰੀ, ਕਾਹਦੇ ਲਈ ਜਾ ਰਹੇ? ਜਦ ਇਹਨਾਂ ਨੂੰ ਬਚਾਉਣ 'ਤੇ ਸਾਡੇ ਇੰਨੇ ਬੰਦੇ ਜਾਂਦੇ ਆ। ਹੁਣ ਮੈਂ ਇੱਥੇ ਕੈਨੇਡਾ 'ਚ ਦੇਖਿਆ, ਕੋਈ ਵੀ MP MLA ਕੋਈ ਵੀ ਆਉਂਦਾ ਆਪ ਗੱਡੀ ਚਲਾ ਕੇ ਆਪ ਆਉਂਦਾ। ਮੈਂ ਕਹਿੰਦਾ ਸਾਡੇ ਇੰਡੀਆ ਦੇ ਵਿੱਚ ਵੀ ਇੱਦਾਂ ਹੋਣੀ ਚਾਹੀਦੀ ਹੈ। ਇਹ ਚੜ੍ਹੇ ਉਹ ਭੂਹੇ, ਉੱਥੇ ਤਾਂ ਸਾਧ ਸੰਤ ਦਾ ਪਤਾ ਹੀ ਨਹੀਂ ਲੱਗਦਾ ਦੀਪ ਸਾਹਿਬ, ਵੀ ਸਾਧ ਕੌਣ ਹੈ, ਸੰਤ ਕੌਣ ਹੈ? ਗੱਲ ਹੈ ਨਹੀਂ, ਜਿਹੜੇ ਲੀਡਰਾਂ ਦੇ ਵੀ ਪੈਰੀਂ ਹੱਥ ਲਾਉਂਦੇ ਆ, ਜਿਹੜੇ ਸਾਧ ਹੈਗੇ ਉਹਨਾਂ ਨੇ ਵੀ ਗਨਮੈਨ ਰੱਖੇ ਹੋਆ ਪੈਰੀਂ ਹੱਥ ਸਾਰਿਆਂ ਦੇ ਹੀ। ਮੈਂ ਰਾਧਾ ਸੁਆਮੀਆਂ ਦੇ ਗਿਆ, ਹਾਲੀ ਕਿ ਉਹਨਾਂ ਦੇ ਜਿਹੜੇ ਮੇਨ ਬੰਦੇ ਆ ਮੈਨੂੰ ਜਾਣਦੇ ਆ, ਮੈਂ ਜਿਹੜਾ ਮੇਨ ਬੰਦਾ ਮੈਂ ਉਹਦੇ ਨਾਲ ਗੱਲ ਕਰਦਾ ਹੁੰਦਾ ਫੋਨ ਦੇ ਉੱਤੇ, ਮੇਰੇ ਨਾਲ ਕਰਦੇ ਆ। ਹਾਂਜੀ, ਉਹ ਯਾਰ ਮੈਂ ਅੱਗੇ ਵਧਣ ਲੱਗਾ, ਉਹ ਬੋਡੀ ਗਾਰਡ ਆ ਗਏ, ਲਓ ਜੀ ਸਟ੍ਰੇਨ ਗੰਨਾਂ ਫੜੀਆਂ ਆ। ਮੈਂ ਬਾਅਦ ਦੇ ਵਿੱਚ ਮੈਂ ਫੋਨ 'ਤੇ ਗੱਲ ਕੀਤੀ, ਕਹਿੰਦੇ ਤੁਸੀਂ ਕਿੱਥੇ ਆ? ਮੈਂ ਕਿਹਾ ਮੈਂ ਆ ਗਿਆ ਚੰਡੀਗੜ੍ਹ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ ਤਾਂ ਇੰਨੇ ਪਾਲ ਕੇ ਰੱਖੇ ਹੋ ਆ ਬੋਡੀ ਗਾਰਡ, ਉਹਨਾਂ ਨੇ ਤੁਹਾਡੇ ਤੱਕ ਤਾਂ ਮੈਨੂੰ ਪਹੁੰਚਣਾ, ਬਿਲਕੁਲ। ਅਤੇ ਕਹਿੰਦੇ ਹੁਣ ਕਿੱਥੇ? ਮੈਂ ਕਿਹਾ ਹੁਣ ਤਾਂ ਮੈਂ ਚੰਡੀਗੜ੍ਹ ਆ ਗਿਆ। ਕਹਿੰਦਾ ਹੁਣ ਜਦ ਵੀ ਆਉਣਾ ਤੁਸੀਂ ਮੈਨੂੰ ਆ ਕੇ ਦੱਸਣਾ, ਮੈਂ ਇੱਥੇ, ਮੈਂ ਤੁਹਾਨੂੰ ਲੈਣ ਆਉਂ। ਨਾ ਕਿ ਤੁਸੀਂ ਆਇਓ, ਹੁਣ ਮੈਂ ਨਹੀਂ ਆਉਂਦਾ। ਉਹ ਮਤਲਬ ਯਾਰ ਜੇ ਸਾਧੂ ਆ, ਅਸੀਂ ਵਾਤਾਵਰਨ ਇਹੋ ਜਿਹਾ ਬਣਾ ਲਿਆ, ਮਹਾਤਮਾ ਆ, ਜਾਂ ਜਿਸ ਬੰਦੇ ਨੇ ਦੁਨੀਆਂ ਦਾ ਭਲਾ ਕਰਨਾ ਉਹਨੂੰ ਤਾਂ ਮੱਥਾ ਟੇਕ ਲਓ। ਇਹ ਬੋਡੀਗਾਰਡ ਕਾਹਦੇ ਲਈ ਹੈ? ਉਹ ਦੀਪ ਸਾਹਿਬ ਆਪਾਂ ਕੈਮਰੇ 'ਤੇ ਦੇਖਿਆ, ਲੀਡਰਾਂ ਦੇ ਵੀ ਪੈਰੀਂ ਹੱਥ ਲਾਉਂਦੇ ਨੇ ਲੋਕ, ਸਾਡੀ ਜਨਤਾ ਇਹੋ ਜਿਹੀ ਹੈ, ਦੇਖੋ ਯਾਰ ਕਮਾਲ ਦੀ ਗੱਲ ਹੈ। ਸੰਤ ਔਰ ਦੂਸਰੀ ਮੈਂ ਇਹਨਾਂ ਦੀਆਂ ਬੇਵਕੂਫੀਆਂ ਹੋਰ ਦੱਸਦਾ। ਹਾਂਜੀ, ਅੱਜ ਮੂੰਹ ਖੁੱਲ ਗਿਆ ਯਾਰ। ਹਾਂਜੀ ਹਾਂਜੀ, ਮੈਂ ਇੱਕ ਗੱਲ ਕਰਦਾ, ਰਾਮ ਰਹੀਮ ਬਾਪੂ ਆਸਾ ਰਾਮ। ਹਾਂਜੀ ਹਾਂਜੀ, ਅੱਛਾ ਹੋਰ ਬੜੇ ਆ, ਬਹੁਤ ਨੇ, ਬਹੁਤ ਆ। ਹਾਂਜੀ ਹਾਂਜੀ, ਭਰੀ ਪਈ ਆ ਦੁਨੀਆ। ਉਹ ਪਾਗਲੋ, ਤੁਹਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਬਹੁਤ ਹੀ ਖੱਜਲ ਖੁਆਰ ਕੀਤਾ ਦੁਨੀਆ ਨੂੰ, ਇਹਨਾਂ ਨੇ ਬਹੁਤ ਗੰਦੇ ਤੋਂ ਗੰਦੇ ਕੰਮ ਕੀਤੇ ਆ, ਘਨੌਣੇ ਕੰਮ, ਮਾਫ਼ ਕਰਨ ਦੇ ਕਾਬਲ ਨਹੀਂ। ਹਾਂਜੀ, ਅਤੇ ਹੁਣ ਤੁਸੀਂ ਨਵੇਂ ਸਿਰ ਇਹਨਾਂ ਦੇ ਰਿਸ਼ਤੇ ਕਿਹੜੇ ਬਣਾਉਣੇ ਆ? ਰੱਖੇ ਕਸ ਨੂੰ, ਇਹ ਤੁਹਾਡਾ ਮਤਲਬ ਹੈ ਜੀ? ਕਿਉਂ ਰੱਖੇ? ਫਾਂਸੀ ਚੱਕੋ ਇਹਨਾਂ ਨੂੰ, ਔਰ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਫਾਂਸੀ ਦਿਓ, ਜਿਹੜੇ ਦੂਸਰੇ ਬਦਮਾਸ਼ ਬਣਨ ਵਾਲੇ ਆ ਉਹ ਇਹਨਾਂ ਨੂੰ ਦੇਖ ਕੇ ਸੁਧਰਨ। ਬਿਲਕੁਲ ਯਾਰ, ਇਸ ਮੁਲਕ 'ਚ ਇੱਦਾਂ ਵੀ ਹੁੰਦੀ ਹੈ, ਮੈਂ ਆਹ ਕੰਮ ਨਹੀਂ ਕਰਨਾ। ਕੋਈ ਹੋਰ ਗੁਫਾ ਲੱਭਣ ਫਿਰ ਹੋਵੇ ਜੀ, ਰੋਜ਼ ਯਾਰ ਧੀਆਂ ਭੈਣਾਂ ਦੀ ਇੱਜ਼ਤ ਜਾਂਦੀ ਹੈ, ਕੋਈ ਮਤਲਬ ਕੋਈ ਸ਼ਰਮ ਕਰੋ ਯਾਰ। ਕੇਸ ਲੰਬੇ ਨਹੀਂ ਪਾਉਣੇ ਚਾਹੀਦੇ ਇਹਨਾਂ ਦੇ, ਇਹ ਬੋਬੀ ਸਾਹਿਬ ਕਾਹਦੇ ਉੱਤੇ ਰਾਜ ਕਰਦੇ, ਮੇਰੀ ਸਮਝ ਤੋਂ ਕਾਹਦਾ ਰਾਜ ਕਰਦੇ? ਬਿਲਕੁਲ ਬਿਲਕੁਲ ਬਿਲਕੁਲ। ਔਰ ਮੈਂ ਇੱਕ ਤੁਹਾਨੂੰ ਹੋਰ ਦੱਸਾਂ ਮੈਂ ਗੱਲ। ਹਾਂਜੀ ਹਾਂਜੀ, ਮੇਰੀ ਮਿਨਿਸਟਰਾਂ ਨਾਲ ਵੀ ਦੋਸਤੀ ਆ। ਮੈਂ ਜਿਸ ਟਾਈਮ ਮਤਲਬ ਇਹ ਮੇਰਾ ਕੋਈ ਸੁਣੇਗਾ ਤੇ ਮੇਰੇ ਦੋਸਤ ਵੀ ਸੁਣਨਗੇ ਜਿਹੜੇ ਮਿਨਿਸਟਰ ਆ, MLA ਵੀ ਹੈਗੇ ਆ, MP ਵੀ ਹੈਗੇ ਆ, DSP ਵੀ ਹੈਗੇ ਆ, SSP ਵੀ ਹੈਗੇ ਆ, ਮੇਰੇ ਦੋਸਤ ਆ, ਚੰਗੇ ਚੰਗੇ ਦੋਸਤ ਆ। ਮੇਰੀ ਕੋਈ ਪਹਿਚਾਣ ਇਹ ਨਹੀਂ ਹੈ ਕਿ ਮੇਰੀ ਮਤਲਬ ਗਰੀਬਾਂ ਦੇ ਨਾਲ ਹੀ ਆ, ਜਿਹੜੇ ਟੋਪ ਦੇ ਉੱਤੇ ਉਹਨਾਂ ਦੇ ਨਾਲ ਵੀ ਹੈ। ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ, ਜਿਹੜੇ ਮਿਨਿਸਟਰ ਆ ਨਾ, ਜਿਹੜੇ ਅਸਲੀ ਟੌਪ ਦੇ ਬਦਮਾਸ਼ ਹੁੰਦੇ ਆ, ਉਹ ਇਹਨਾਂ ਦੇ ਚੁੰਗਲ 'ਚ ਬੈਠੇ ਹੁੰਦੇ ਆ। ਇਹ ਮੈਂ ਸੱਚ ਬੋਲਦਾ ਤੇ ਮੈਂ ਸੱਚ ਬੋਲਦਾ, ਮੈਨੂੰ ਝੂਠ ਬੋਲਣ ਦੀ ਆਦਤ ਨਹੀਂ ਹੈ, ਔਰ ਸੱਚੀਆਂ ਗੱਲਾਂ ਕਰਦਾ। ਇਹਨਾਂ ਦੀ ਛਤਰੀ ਥੱਲੇ ਉਹ ਇਹਨਾਂ ਨੇ ਆਪਣੇ ਗੈਸਟ ਰੂਮ ਦੇ ਵਿੱਚ ਬਿਠਾਏ ਹੁੰਦੇ ਆ ਕਿ ਇੱਥੇ ਨਾ ਪੁਲਿਸ ਦਾ ਡਰ ਆ ਨਾ ਕਿਸੇ ਦਾ ਡਰ ਆ, ਬੈਠੇ ਰਹੋ। ਇਹਨਾਂ ਦੀ ਛਤਰ ਛਾਇਆ, ਇਹ ਰਾਜਨੀਤੀ ਆ ਯਾਰ ਹਿੰਦੁਸਤਾਨ ਦੀ, ਇਹ ਰਾਜਨੀਤੀ ਆ ਸਾਡੇ ਪੰਜਾਬ ਦੀ, ਇਹ ਕੀ ਭਲਾ ਕਰਨਗੇ? ਬਿਲਕੁਲ ਬਿਲਕੁਲ। ਫਿਰ ਮੈਂ ਤੁਹਾਨੂੰ ਗਡਾਉਣ ਦਿਖਾਉਣਾ, ਕਣਕ ਦਿਖਾਉਣਾ, ਮੈਂ ਝੋਨਾ ਦਿਖਾਉਣਾ, ਰੁੜਦੇ ਫਿਰਦੇ ਖੇਤਾਂ 'ਚ, ਉਹ ਪਤਲੀਆਂ ਜਿਹੀਆਂ ਤਰਪਾਲ ਦਿੱਤੀ ਹੋਈ ਆ, ਪਲਾਸਟਿਕ ਦਿੱਤਾ ਆ, ਉੱਥੇ ਚੂਹੇ ਘੁੰਮਦੇ ਆ, ਬਾਰਿਸ਼ ਹੁੰਦੀ ਆ, ਉਹ ਸਾਰੀਆਂ ਬੋਰੀਆਂ ਖਰਾਬ ਹੁੰਦੀਆਂ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਯਾਰ ਅਸੀਂ ਇਹਨਾਂ ਨੂੰ ਸੰਭਾਲੀਏ, ਇਹਨਾਂ ਦੇ ਗਡਾਊਨ ਬਣਾਈਏ, ਕੁਛ ਵੀ ਇਹਨਾਂ ਕਰੀਏ, ਇਹ ਸਾਡੀ ਰੋਟੀ ਰੋਜ਼ੀ ਹੈ, ਇਹ ਸਾਡੀਆਂ ਸੁਗਾਤਾਂ ਆ, ਇਹ ਸਾਡੀ ਗਰੀਬੀ ਇੰਨੀ ਹੈਗੀ ਆ ਕਿ ਇਹਦੇ ਬਗੈਰ ਇਹ ਰੋਟੀ ਅਸੀਂ ਖਾਣੀ, ਇਹ ਗਰੀਬਾਂ ਨੇ ਖਾਣੀ ਹੈ। ਬਿਲਕੁਲ ਬਿਲਕੁਲ, ਇਹਨਾਂ ਨੂੰ ਥੋੜ੍ਹਾ ਜਿਹਾ ਯਾਰ, ਮੈਂ ਕਹਿੰਦਾ ਬੇਸ਼ਰਮੀ ਦੀ ਹੱਦ ਹੋ ਗਈ ਹੈ ਯਾਰ। ਬਿਲਕੁਲ,
ਅਤੇ ਬੋਬੀ ਸਾਹਿਬ ਅੱਜ ਵੀ ਹੈ ਕੁਛ ਲਾਈਨਾਂ ਕੁਛ ਸੁਣਾ ਦਿਓ ਯਾਰ ਮੈਂ ਹੋਰ ਇਹਨਾਂ ਨੂੰ ਕੀ ਇਹਨਾਂ ਨੂੰ ਕੋਈ ਫਰਕ ਤਾਂ ਪੈਣਾ ਨਹੀਂ ਮੇਰੇ ਬੋਲੇ ਤੁਹਾਡੇ ਅੱਜ ਫਿਰ ਜਿਹੜੀ ਉਹ ਤੁਸੀਂ ਬੰਦੇ ਦੀ ਗੱਲ ਕਰਦੇ ਵੀ ਬੰਦਾ ਬਣ ਕੇ ਬੰਦੇ ਹੀ ਬਣ ਜਾਓ ਹਾਂ ਰੱਬ ਨੇ ਤੁਹਾਨੂੰ ਬੰਦੇ ਬਣਾਇਆ ਕਮ ਸੇ ਕਮ ਬੰਦੇ ਤਾਂ ਰਹੋ ਯਾਰ ਬਿਲਕੁਲ ਬੰਦੇ ਤਾਂ ਰਹੋ ਲਓ ਜੀ ਦੀਪ ਸਾਹਿਬ ਫਿਰ ਦੋ ਲਾਈਨਾਂ ਹੋਇਆ ਹਾਂਜੀ 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 ਕਹਿੰਦੇ ਰਿਸ਼ਵਤ ਨਾਲ ਈਸ਼ਵਰ ਭਾਵੇਂ ਅੱਲਾ ਨੂੰ ਰੋਜ਼ ਬੁਲਾਵੇਂ ਰਿਸ਼ਵਤ ਨਾਲ ਈਸ਼ਵਰ ਭਾਵੇਂ ਅੱਲਾ ਨੂੰ ਰੋਜ਼ ਬੁਲਾਵੇਂ ਪਾਠਾਂ ਦੀ ਲੜੀ ਕਰਾਵੇਂ ਚੰਗਾ ਤਾਂ ਪੜ੍ਹੇ ਹੀ ਨਹੀਂ ਖੇਡਦਾ ਰੋਜ਼ ਡਰਾਮੇ ਬੰਦਾ ਤਾਂ ਬਣੇ ਹੀ ਨਹੀਂ ਖੇਡਦਾ ਰੋਜ਼ ਡਰਾਮੇ ਬੰਦਾ ਤਾਂ ਬਣੇ ਹੀ ਨਹੀਂ ਕਹਿੰਦੇ ਲੋਕਾਂ ਨੂੰ ਦਿਨੇ ਲੜਾਵੇਂ ਲੋਕਾਂ ਨੂੰ ਦਿਨੇ ਲੜਾਵੇਂ ਭਰਮਾਂ ਵਿੱਚ ਖੂਬ ਫਸਾਵੇਂ ਲੋਕਾਂ ਨੂੰ ਦਿਨੇ ਲੜਾਵੇਂ ਭਰਮਾਂ ਵਿੱਚ ਖੂਬ ਫਸਾਵੇਂ ਆਥਣ ਨੂੰ ਦੀਵੇ ਲਾਵੇਂ ਇਸ਼ਕ ਤਾਂ ਕਰੇ ਹੀ ਨਹੀਂ ਬੰਦਾ ਤਾਂ ਬਣੇ ਹੀ ਨਹੀਂ ਖੇਡਦਾ ਰੋਜ਼ ਡਰਾਮੇ ਬੰਦਾ ਤਾਂ ਬਣੇ ਹੀ ਨਹੀਂ ਬਹੁਤ ਅੱਛਾ ਆਪਣੇ ਨਵਜੋਤ ਸਿੱਧੂ ਸਿੱਧੂ ਸਾਹਿਬ ਹਾਂਜੀ ਮੈਂ ਸਾਹਿਬ ਕਹੂੰਗਾ ਹਾਂਜੀ ਕਿਉਂਕਿ ਉਸ ਕਾਬਲ ਹੈ ਉਹ ਬੰਦਾ ਉਹ ਤਾਂ ਬਾਹਰ ਹੀ ਭੇਜਦੇ ਜੀ ਕਿਤੇ ਕਾਂਗਰਸ ਦੇ ਵਿੱਚ ਆ ਉਹ ਮਤਲਬ ਕੁਛ ਤਾਂ ਉਹ ਚੰਗੀਆਂ ਗੱਲਾਂ ਕਰਦਾ ਖਾਸੀਆਂ ਕਰ ਅਗਰ ਉਹ ਇਮਰਾਨ ਸਾਹਿਬ ਦੇ ਨਾਲ ਮਿਲਿਆ ਸੀਗਾ ਮੈਂ ਇਮਰਾਨ ਸਾਹਿਬ ਦੀ ਵੀ ਇੱਜ਼ਤ ਕਰਦਾ ਕਰਦੇ ਆ ਜੀ ਜਿਸ ਬੰਦੇ ਨੇ ਆਪਣੇ ਬੰਦੇ ਉੱਧਰੋਂ ਛੱਡੇ ਜਿਹੜਾ ਮਤਲਬ ਉਹਨੇ ਮੈਂ ਅੱਜ ਤਾਈਂ ਉਹਦੇ ਮੂੰਹੋਂ ਕਦੀ ਇਹ ਨਹੀਂ ਸੁਣਿਆ ਕਿ ਉਹ ਸਾਡੇ ਇੰਡੀਆ ਦੀ ਪੰਜਾਬ ਦੀ ਉਹ ਬੇਇੱਜ਼ਤੀ ਕਰ ਰਿਹਾ ਬਿਲਕੁਲ ਮੈਂ ਇਹਨਾਂ ਦੋਹਾਂ ਦੀ ਬਹੁਤ ਇੱਜ਼ਤ ਮਾਣ ਕਰਦਾ ਕਿ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਔਰ ਇਹਨਾਂ ਦੀ ਦੋਸਤੀ ਬਣਾਈ ਰੱਖੇ ਦੋਸਤੀ ਬਣਾਈ ਰੱਖੇ ਬਿਲਕੁਲ ਔਰ ਜਿਹੜਾ ਮਤਲਬ ਰਸਤਾ ਇਹਨਾਂ ਨੇ ਲਾਂਘਾ ਜਿਹੜਾ ਖੋਲਣਾ ਆ ਉਹਦੇ ਵਿੱਚ ਰੱਬ ਇਹਨਾਂ ਨੂੰ ਕਾਮਯਾਬ ਕਰੇ ਬਰਕਤਾਂ ਪਾਵੇ ਜੀ ਬਿਲਕੁਲ ਮੈਂ ਕਹਿੰਦਾ ਇਹਦੀ ਇਹਦਾ ਨਾਂ ਸੁਣਨ ਨੂੰ ਤਿਆਰ ਨਹੀਂ ਹੈ ਉਹ ਤਾਂ ਬਾਹਰ ਹੀ ਕੱਢਤਾ ਇਲੈਕਸ਼ਨ ਵਾਲੇ ਜੀ ਮੈਂ ਬਾਦਲ ਫੈਮਿਲੀ ਨੂੰ ਦੇਖਿਆ ਮੈਂ ਮਜੀਠੀਆ ਨੂੰ ਦੇਖਿਆ ਇਹ ਸਿੱਧੂ ਸਾਹਿਬ ਦੇ ਨਾਂ ਤੋਂ ਚਿੜ ਜਾਂਦੇ ਆ ਕਿਆ ਸਿੱਧੂ ਸਿੱਧੂ ਕਿਆ ਬਿਲਕੁਲ ਯਾਰ ਤੁਸੀਂ ਉਹਦੇ ਪੈਰ ਅਰਗੇ ਬਣ ਕੇ ਤਾਂ ਦਿਖਾਓ ਆਉਣ ਵਾਲੇ ਸਮੇਂ ਦੇ ਹੀਰੋ ਨੇ ਜੀ ਉਹ ਤਾਂ ਹੀਰੋ ਹੀ ਨੇ ਬਿਲਕੁਲ ਮੈਂ ਕਹਿੰਦਾ ਯਾਰ ਸਾਡਾ ਡਰ ਇਹ ਲੱਗਦਾ ਹਜੇ ਮੈਂ ਕਹਿੰਦਾ ਸਾਡੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇਹ ਬਣ ਜਾਏ ਬਿਲਕੁਲ ਉਹ ਹੱਕਦਾਰ ਵੀ ਨਹੀਂ ਦੀ ਫਿਰ ਯਾਰ ਮੈਨੂੰ ਕੋਈ ਉਹ ਨਹੀਂ ਹੈ ਕਾਂਗਰਸ ਕੌਣ ਹੈ ਤੇ ਬੀਜੇਪੀ ਕੌਣ ਹੈ ਤੇ ਫਲਾਨਾ ਕੌਣ ਹੈ ਤੇ ਫਲਾਨਾ ਉਹ ਇੱਕ ਦੀਪ ਸਾਹਿਬ ਉਹਨਾਂ ਦੇ ਅੰਦਰ ਤੁਸੀਂ ਦੇਖੋ ਇਨਸਾਨੀਅਤ ਦੀ ਜੋਤ ਜਗਦੀ ਹੈ ਉਹਨਾਂ ਦੇ ਲਫ਼ਜ਼ ਹੀ ਇਹੋ ਜਿਹੇ ਬੋਲਦੇ ਨੇ ਲੋਕਾਂ ਨੂੰ ਉਹ ਇੱਕ ਰਾਈਟਰ ਨੇ ਵਧੀਆ ਕਲਾਕਾਰ ਨੇ ਇਨਸਾਨ ਵਧੀਆ ਨੇ ਬਿਲਕੁਲ ਔਰ ਤੁਸੀਂ ਉੱਥੇ ਪੱਥਰਾਂ ਤੇ ਨਾਂ ਲੱਗੇ ਹੋ ਲੋਕਾਂ ਹਾਂ ਦੇਖੋ ਤੁਸੀਂ ਲਾਂਘੇ ਲਈ ਉਹਨਾਂ ਨੇ ਕਿੱਡੇ ਕਿੱਡੇ ਕਦਮ ਪੁੱਟੇ ਨੇ ਉਹਦੇ ਲਈ ਇਹਨਾਂ ਉਹਨਾਂ ਦੀ ਪਾਰਟੀ 'ਚ ਕਿੰਨਾ ਉਹਦੇ ਲਈ ਸ਼ਬਦਾਵਲੀ ਵਰਤੀ ਮਾੜੀ ਚੰਗੀ ਹੈ ਜੀ ਬਿਲਕੁਲ ਅਤੇ ਉਹਨਾਂ ਦੀ ਦੋਸਤੀ ਦੇਖੋ ਪਾਕਿਸਤਾਨ ਨਾਲ ਅਸੇ ਇਮਰਾਨ ਸਾਹਿਬ ਦੇ ਦੇਖੋ ਕਿੰਨੇ ਸੋਹਣੇ ਉਹਨਾਂ ਨੇ ਬੋਬੀ ਸਾਹਿਬ ਆਪਣਾ ਨਾ ਸੌਰੀ ਮੈਂ ਵਿੱਚ ਬੋਲ ਪਿਆ ਹਾਂਜੀ ਵਕਤ ਹੋ ਗਿਆ ਜੀ ਜਿਹੜਾ ਵਕਤ ਆ ਨਾ ਇਹ ਇਜਾਜ਼ਤ ਨਹੀਂ ਦਿੰਦਾ ਠੀਕ ਹੈ ਕਿ ਅੱਗੇ ਬੋਲੀਏ ਕਹਿੰਦੇ ਹੁੰਦੇ ਨਾ ਵਕਤ ਉੱਤੇ ਮੈਂ ਇੱਕ ਲਾਈਨ ਲੱਗਾ ਕਹਿਣ ਹਾਂਜੀ ਹਾਂਜੀ ਇਨਸਾਨ ਕੋ ਚਾਹੀਏ ਵਕਤ ਸੇ ਡਰ ਕਰ ਰਹੇ ਇਨਸਾਨ ਕੋ ਚਾਹੀਏ ਵਕਤ ਸੇ ਡਰ ਕਰ ਰਹੇ ਨਾ ਜਾਣੇ ਵਕਤ ਕਾ ਕਬ ਬਦਲੇ ਮਿਜ਼ਾਜ਼ ਦੋਸਤੋ ਰੱਬ ਤੋਂ ਡਰੋ ਵਕਤ ਤੋਂ ਡਰੋ ਇਹੀ ਤੁਹਾਡੇ 'ਤੇ ਬੁਰਾ ਟਾਈਮ ਵੀ ਆ ਸਕਦਾ ਮੇਰੇ 'ਤੇ ਵੀ ਆ ਸਕਦਾ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਸਾਡੇ ਕੋਲ ਵੀ ਲਫ਼ਜ਼ ਗਲਤ ਬੋਲੇ ਗਿਆ ਹੋਵੇ ਸਾਨੂੰ ਅਤੇ ਸਾਡੀ ਸੁਰਸਾਗਰ ਦੀ ਸਾਰੀ ਟੀਮ ਨੂੰ ਮਾਫ਼ ਕਰਿਓ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਕੁਛ ਨਵੇਂ ਸੁਨੇਹੇ ਲੈ ਕੇ ਆਵਾਂਗੇ ਤਦ ਤੱਕ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ